ਬ੍ਰੇਕ ਤੋਂ ਬਾਅਦ ਟਾਕਿੰਗ ਪੰਜਾਬ ਵਿਦ ਸੁਰਿੰਦਰ ਸਿੰਘ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਵਿੱਚ ਫੈਲੇ ਨਸ਼ਾ ਤੰਤਰ ਬਾਰੇ DGP ਜੇਲ੍ਹ ਸਾਬਕਾ ਸ਼ਸ਼ੀ ਕਾਂਤ ਜੀ ਨਾਲ। ਸ਼ਸ਼ੀ ਕਾਂਤ ਜੀ, ਹੁਣ ਜਿਹੜਾ ਤੁਸੀਂ ਝੰਡਾ ਚੁੱਕਿਆ, ਇਸ ਝੰਡੇ ਨੂੰ ਤੁਸੀਂ ਅੱਗੇ ਕਿੱਥੇ ਤੱਕ ਲੈ ਕੇ ਜਾਓਗੇ? ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ, ਪੰਜਾਬੀ ਅਜੇ ਵੀ ਸੁੱਤੇ ਹੋਏ ਨੇ। ਪੰਜਾਬ ਦੇ ਜਿਹੜੇ ਪੰਜਾਬੀ ਹੈਗੇ ਨੇ, ਤੁਸੀਂ ਸੁੱਤੇ ਹੋਏ ਹੈ ਕਹਿੰਦੇ ਹੈਗੇ ਹੋ, ਮੈਂ ਮੈਨੂੰ ਜਾਪਦਾ ਹੈਗਾ ਨਸ਼ੇ ਲੈ ਕੇ ਮਰੇ ਪਏ ਹੈਗੇ ਨੇ। ਜਿਹੜੇ ਸਾਡੇ ਪੰਜਾਬੀ ਭੈਣ ਭਰਾ ਬਾਹਰ ਹੈਗੇ ਨੇ ਉਹ ਜਾਗਰੂਕ ਹੈਗੇ ਨੇ, ਬਟ ਇਹਨੂੰ ਮੈਂ ਇੱਕ ਇਸ ਤਰ੍ਹਾਂ ਲੈਣਾ ਹੈਗਾ ਕਿ ਪੰਜਾਬ ਦੇ ਵਿੱਚ ਕਦੇ ਕੋਈ ਵੀ ਮੂਵਮੈਂਟ ਕੋਈ ਇਸ ਤਰ੍ਹਾਂ ਦਾ ਸ਼ੁਰੂ ਹੋਇਆ ਹੈਗਾ ਹੈ, ਚਾਹੇ ਤੁਸੀਂ ਗਦਰ ਮੂਵਮੈਂਟ ਸੀ ਜਾਂ ਜੋ ਕੁਛ ਵੀ ਹੈਗਾ, ਇਹਦੀ ਲਹਿਰ ਇੱਥੇ ਰਹਿੰਦੇ ਹੋਏ ਲੋਕਾਂ ਨੂੰ ਨਹੀਂ ਜਗਾ ਸਕੀ। ਪਹਿਲੇ ਵਿਦੇਸ਼ ਗਈ ਅਤੇ ਵਿਦੇਸ਼ ਤੋਂ ਵਾਪਸ ਆ ਕਰਕੇ ਪੰਜਾਬ 'ਚ ਆਈ। ਜੇ ਅੱਜ ਦੀ ਤਰੀਕ 'ਚ ਸਾਡੇ ਪੰਜਾਬੀ ਭੈਣ ਭਰਾ ਜਿਹੜੇ ਵਿਦੇਸ਼ 'ਚ ਰਹਿੰਦੇ ਹੈਗੇ, ਜੇ ਉਹ ਇਸ ਪਾਸੇ ਜਾਗਰੂਕ ਹੋ ਗਏ ਹੈਗੇ ਨੇ, ਤਾਂ ਮੈਨੂੰ ਪੂਰੀ ਉਮੀਦ ਹੈਗੀ ਹੈ ਕਿ ਉਹਨਾਂ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਕਰਕੇ, ਉਹਨਾਂ ਦੇ ਜ਼ਰੀਏ ਪੰਜਾਬ ਦੇ ਵਿੱਚ ਜਾਗਰੂਕਤਾ ਦਾ ਦੌਰ ਆਏਗਾ। ਇਹ ਬੰਦੇ ਜਿਹੜੇ ਸੁੱਤੇ ਪਏ ਹੈਗੇ ਨੇ ਨਸ਼ੇ ਦੀ ਗੋਲੀਆਂ ਖਾ ਕਰਕੇ, ਇਹ ਜਗਣਗੇ, ਇਹਨਾਂ ਨੂੰ ਜਗਣਾ ਪਏਗਾ। ਜੇ ਇਹ ਚਾਹੁੰਦੇ ਹੈਗੇ ਨੇ ਕਿ ਇਹਨਾਂ ਦੀ ਪੀੜ੍ਹੀਆਂ ਜਿਹੜੀ ਹੈਗੀਆਂ ਨੇ, ਇਹਨਾਂ ਦੇ ਪਰਿਵਾਰ ਜਿਹੜੇ ਹੈਗੇ ਨੇ ਅੱਗੇ ਚੱਲਣ, ਜੇ ਸੋਚਦੇ ਹੈਗੇ ਨੇ, ਚਾਹੁੰਦੇ ਹੈਗੇ ਨੇ, ਇਹਨਾਂ ਨੂੰ ਕੋਈ ਚਿੰਤਾ ਨਹੀਂ ਹੈਗੀ ਹੈ ਕਿ ਇਹਨਾਂ ਦੇ ਪਰਿਵਾਰ ਅੱਗੇ ਚੱਲਣੇ ਚਾਹੀਦੇ ਨੇ ਕਿ ਨਹੀਂ ਚੱਲਣੇ ਚਾਹੀਦੇ ਨੇ, ਫਿਰ ਤਾਂ ਮੈਂ ਨਹੀਂ ਕਹਿ ਸਕਣਾ ਹੈਗਾ। ਜਾਂ ਹੋ ਸਕਦਾ ਹੈਗਾ ਉਸ ਵੇਲੇ ਫਿਰ ਮੈਂ ਇੱਕ ਕੰਟਰੋਵਰਸ਼ੀਅਲ ਗੱਲ ਕਰਨਾ ਹੈਗਾ ਹੈ ਕਿ ਅੱਗੇ ਆਪਣੇ ਪਰਿਵਾਰਾਂ ਨੂੰ ਚਲਾਉਣ ਲਈ ਸ਼ਾਇਦ UP, ਬਿਹਾਰ ਔਰ ਦੂਜੀ ਕੰਟਰੀਆਂ ਦੇ ਲੇਬਰ ਜੁੜਦੇ, ਆਈ ਮੀਨ ਸਟੇਟਸ ਦੇ ਜਿਹੜਾ ਲੇਬਰ ਹੈਗਾ ਹੈ, ਉਹਨਾਂ ਦੀ ਮਦਦ ਲੈ ਕਰਕੇ ਹੋ ਸਕਦਾ ਅੱਗੇ ਆਪਣੇ ਪਰਿਵਾਰ ਚਲਾ ਲੈਣ। ਕਿਉਂਕਿ ਜਦੋਂ ਨੌਜਵਾਨ ਨਸ਼ਿਆਂ 'ਚ ਆਉਂਦਾ ਹੈਗਾ, ਉਹਦਾ ਇੱਕ ਸਾਰਿਆਂ ਤੋਂ ਵੱਡਾ ਇਫੈਕਟ ਜਿਹੜਾ ਹੁੰਦਾ ਹੈਗਾ ਉਹ ਇਹ ਹੈਗਾ ਕਿ ਉਹਨਾਂ ਦੀ ਜਿਹੜੀ ਵਾਈਟੈਲਿਟੀ ਹੈਗੀ ਹੈ, ਉਹਨਾਂ ਦੀ ਜਿਹੜੀ ਪ੍ਰਜਨਨ ਸ਼ਕਤੀ ਹੈਗੀ ਹੈ, ਉਹ ਜਿਹੜੀ ਹੈਗੀ ਹੈ ਇਫੈਕਟ ਪੈਂਦਾ ਹੈ, ਖਤਮ ਹੋ ਜਾਂਦੀ ਹੈਗੀ ਹੈ। ਬਿਲਕੁਲ, ਅੱਗੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ 'ਤੇ ਅਸੀਂ ਹੋਣਗੇ ਨਹੀਂ, ਆਸ ਕੀ ਲਾਵਾਂਗੇ? ਹਾਂ, ਫਿਰ ਮਦਦ ਲੈਣੀ ਪਏਗੀ, ਚਾਹੇ ਵਿਦੇਸ਼ੀਆਂ ਦੀ ਲਿਓ, ਚਾਹੇ ਪੰਜਾਬ ਦੇ ਦੂਜੇ ਜਿਹੜੇ ਸਟੇਟਸ ਹੈਗੀਆਂ ਨੇ ਉਹਨਾਂ ਦੇ ਜਿਹੜੇ ਗੱਭਰੂ ਜਵਾਨ ਹੈਗੇ ਨੇ, ਉਹਨਾਂ ਨੂੰ ਲਿਆ ਕਰਕੇ ਆਪਣੇ ਪਰਿਵਾਰ ਚਲਾਓ। ਸੋਰੀ, ਮੈਨੂੰ ਪਤਾ ਮੈਂ ਬੜੀ ਇੱਕ ਕੌੜੀ ਗੱਲ ਕਹਿ ਰਿਹਾ ਹੈਗਾ, ਪਰ ਇਹ ਫੈਕਟ ਹੈਗਾ, ਅੱਜ ਤੋਂ 30-40 ਵਰੇ ਬਾਅਦ ਇਹੀ ਹੁਣ ਜਾ ਰਿਹਾ ਹੈਗਾ। ਸ਼ਾਇਦ ਸਾਨੂੰ ਉਹ ਲੋਕ ਵੀ ਦੇਖ ਰਹੇ ਹੋਣ ਜਿਹੜੇ ਨਸ਼ਾ ਕਰਦੇ ਨੇ ਜਾਂ ਜਿਨ੍ਹਾਂ ਨੇ ਕਦੇ ਨਾ ਕਦੇ ਕੋਈ ਅਜਿਹਾ ਮਾਰੂ ਨਸ਼ਾ ਲਿਆ ਹੋਵੇ। ਕੀ ਤੁਸੀਂ ਦੱਸਣਾ ਚਾਹੋਗੇ ਕਿ ਖਾਸ ਕਰਕੇ ਮੈਂ ਜਿਹੜੇ ਕ੍ਰਾਈਮ ਨਾਲ ਵੀ ਕਿਤੇ ਨਾ ਕਿਤੇ ਜੁੜੇ ਰਹੇ ਹੋਣਗੇ, ਮਾਫ਼ੀ ਚਾਹੁੰਦਾ ਮੈਂ ਸ਼ਬਦ ਯੂਜ਼ ਕੀਤਾ, ਜਿਵੇਂ ਸ਼ਸ਼ੀ ਕਾਂਤ ਜੀ ਨੇ ਪਹਿਲਾਂ ਗੱਲ ਕੀਤੀ ਹੈ। ਹੁਣੇ ਕਪੂਰਥਲਾ ਜੇਲ੍ਹ ਦਾ ਜਿਹੜਾ ਇੰਸੀਡੈਂਟ ਹੋਇਆ ਸੀ, ਜੇਲ੍ਹਾਂ ਦੇ ਤੁਸੀਂ DGP ਰਹਿ ਚੁੱਕੇ ਹੋ, ਜੇਲ੍ਹਾਂ ਦੇ ਵਿੱਚ ਜਿਹੜਾ ਹੈ ਤੰਤਰ ਨਸ਼ੇ ਦਾ, ਉਹ ਕਿਤੇ ਨਾ ਕਿਤੇ ਹਰ ਜਿਹੜਾ ਹਵਾਲਾਤੀ ਹੈ ਜਾਂ ਕੈਦੀ ਹੈ ਉਸਨੂੰ ਆਪਣੇ ਚੁੰਗਲ ਦੇ ਵਿੱਚ ਲੈ ਹੀ ਲੈਂਦਾ। ਕਿਵੇਂ ਲੈਂਦਾ, ਕੀ ਮਾੜੇ ਪ੍ਰਭਾਵ ਨੇ, ਕਿਵੇਂ ਉੱਥੇ ਲੜਾਈਆਂ ਹੁੰਦੀਆਂ ਨੇ, ਨਸ਼ੇ ਲਈ ਉਹ ਕੀ ਕਰਦੇ ਨੇ? ਅਤੇ ਤੁਸੀਂ ਉੱਥੇ ਸੈਕਸ ਦੀ ਵੀ ਕੋਈ ਗੱਲ ਕੀਤੀ ਸੀ ਇੱਕ ਵਾਰੀ? ਹਾਂਜੀ, ਅਤੇ ਜੇ ਤੁਹਾਡੀ ਇਹ ਗੱਲ ਸੁਣਨਗੇ ਸਾਡੇ ਜਿਹੜੇ ਦਰਸ਼ਕ ਨੇ, ਮੈਨੂੰ ਲੱਗਦਾ ਉਹ ਨਸ਼ਾ ਕਰਨ ਤੋਂ ਜਾਂ ਕੋਈ ਕਿਸੇ ਕ੍ਰਾਈਮ ਵੱਲ ਸੋਚਣ ਬਾਰੇ ਵੀ ਉਹ ਪਰਹੇਜ਼ ਕਰਨਗੇ। ਜਿਹੜੇ ਮੇਰੇ ਵੀਰ ਅਜੇ ਤੱਕ ਨਸ਼ੇ ਕਰਕੇ, ਨਸ਼ਿਆਂ ਦੇ ਕਾਰਨ ਕਰਕੇ ਜੇਲ੍ਹ 'ਚ ਨਹੀਂ ਗਏ ਹੈਗੇ ਨੇ, ਉਹਨਾਂ ਦੇ ਲਈ ਮੇਰਾ ਇੱਕ ਨਿੱਕਾ ਜਿਹਾ ਸੁਨੇਹਾ। 5 ਮਿੰਟ ਬੈਠ ਕੇ ਸੋਚਣ, ਉਹ ਜੇਲ੍ਹਾਂ ਦੇ ਵਿੱਚ ਸਟੱਡੀ ਮੈਂ ਕੀਤੀ ਸੀ ਜਿਹੜਾ ਬੰਦੇ ਦਾ ਸਾਈਕੋਲੋਜੀਕਲ ਐਸਪੈਕਟ ਹੈਗਾ ਉਹਦੇ ਬਾਰੇ। ਦਿਨ ਦੇ ਵੇਲੇ ਤਾਂ ਅਸੀਂ ਉੱਥੇ ਇੰਨੀ ਐਕਟੀਵਿਟੀ ਸ਼ੁਰੂ ਕੀਤੀਆਂ ਸਨ, ਸਪੋਰਟਸ ਦੀਆਂ, ਕਲਚਰਲ ਪ੍ਰੋਗਰਾਮਸ ਦੀਆਂ, ਲਾਇਬ੍ਰੇਰੀ ਦੀ, ਕੰਟੀਨਿਊਡ ਐਜੂਕੇਸ਼ਨ, ਜਿਮਨੇਜ਼ੀਅਮਸ ਐਟਸੈਟਰਾ ਐਟਸੈਟਰਾ, ਹਰ ਚੀਜ਼ ਉਹਦੇ 'ਚ ਸੀ। ਪਰ ਜਦੋਂ ਸ਼ਾਮ ਹੁੰਦੀ ਸ਼ੁਰੂ ਹੁੰਦੀ ਹੈਗੀ ਹੈ, ਇੱਕ ਨੋਰਮਲ ਬੰਦੇ ਦੀ ਵੀ ਹਾਲਤ ਹੁੰਦੀ ਹੈਗੀ ਕਿ ਉਹਨੂੰ ਸ਼ਾਮ ਦੇ ਵੇਲੇ ਥੋੜ੍ਹਾ ਜਿਹਾ ਡਿਪਰੈਸ਼ਨ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਤੁਸੀਂ ਇੱਕ ਬੰਦੇ ਦੀ ਜਿਹੜਾ ਮਾਨਸਿਕ ਅਵਸਥਾ ਹੈਗੀ ਹੈ ਉਹਨੂੰ ਸੋਚੋ। ਉਹਨੇ ਜਿਹੜਾ ਹੈਗਾ, ਹੁਣ ਬੰਦੀ ਦਾ ਟਾਈਮ ਹੋ ਰਿਹਾ, ਉਹਨੇ ਜਾ ਕਰਕੇ ਆਪਣਾ ਬੈਰਕ ਦੇ ਵਿੱਚ ਸਲਾਖਾਂ ਦੇ ਵਿਚਕਾਰ ਜਾ ਕੇ ਪਿੱਛੇ ਪੈ ਜਾਣਾ ਹੈਗਾ। ਉਸ ਵੇਲੇ ਜਿੰਨਾ ਉਹਨੂੰ ਡਿਪਰੈਸ਼ਨ ਹੁੰਦਾ ਹੈਗਾ, ਉਹ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਹੈਗੇ। ਉਸ ਵੇਲੇ ਉਹਦੀ ਕੋਈ ਕੋਸ਼ਿਸ਼ ਹੁੰਦੀ ਹੈਗੀ ਹੈ ਕਿਸੇ ਤਰੀਕੇ ਨਾਲ ਡਿਪਰੈਸ਼ਨ ਦੂਰ ਹੋਏ, ਕਿਸ ਤਰੀਕੇ ਨਾਲ ਨਿੰਦਰ ਆ ਜਾਏ। ਇਹ ਕਾਰਨ ਹੈਗਾ ਹੈ ਕਿ ਜੇਲ੍ਹਾਂ 'ਚ ਸਾਰਿਆਂ ਤੋਂ ਜ਼ਿਆਦਾ ਉਹ ਨਸ਼ੇ ਦੇ ਵੱਲ ਨੱਠਣ ਦੀ ਕੋਸ਼ਿਸ਼ ਕਰਦੇ ਹੈਗੇ ਨੇ। ਚਾਹੇ ਨਸ਼ਾ ਜਿਹੜਾ ਪੰਜਾਬ ਦੀ ਜੇਲ੍ਹਾਂ ਹੈਗੀਆਂ ਨੇ, ਉਹਦੇ ਜਿਹੜੇ ਹੋਸਪਿਟਲ ਹੈਗੇ ਨੇ, ਉੱਥੋਂ ਲੈ ਕੇ ਆਪਣੇ ਆਪ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨ, ਜਾਂ ਹੈਰੋਇਨ ਜਾਂ ਦੂਜੀ ਚੀਜ਼ਾਂ ਜਿਹੜੀ ਹੈਗੀਆਂ ਉਹਨੂੰ ਲੈਣ ਦੀ ਕੋਸ਼ਿਸ਼ ਕਰਨ, ਜਾਂਦੀ ਕਿਸ ਤਰ੍ਹਾਂ ਹੈਗੇ ਕੋਈ ਤਰੀਕਾ ਤੁਸੀਂ ਜਿਹੜਾ ਤੁਸੀਂ ਸੋਚ ਸਕਦੇ ਹੈਗੇ ਹੋ, ਉਹਨੇ ਵਾਈਲਡੈਸਟ ਆਫ ਇਮੈਜੀਨੇਸ਼ਨ, ਉਹ ਤਰੀਕੇ ਇਸਤੇਮਾਲ ਕੀਤੇ ਜਾਂਦੇ ਨੇ। ਆਲੂ ਦੇ ਵਿਚਕਾਰ, ਸੇਬਾਂ ਦੇ ਵਿਚਕਾਰ, ਸ਼ਿਮਲਾ ਮਿਰਚ ਦੇ ਵਿਚਕਾਰ, ਮਸਾਲਿਆਂ ਦੇ ਵਿਚਕਾਰ ਮਿਲਾ ਕੇ, ਦੁੱਧ ਦੇ ਪਾਊਡਰ ਦੇ ਵਿੱਚ ਮਿਲਾ ਕੇ, ਜੋ ਲਿਕੁਇਡ ਦੁੱਧ ਹੈਗਾ ਉਹਦੇ 'ਚ ਮਿਲੀ ਹੈਗੀ ਹੈ। ਬਖਸ਼ੀ ਖਾਨੇ ਜਾਂਦੇ ਹੈਗੇ ਨੇ, ਸਾਰਿਆਂ ਤੋਂ ਜ਼ਿਆਦਾ ਗੜਬੜ ਉੱਥੇ ਹੁੰਦੀ ਹੈ, ਉੱਥੇ ਜੁੱਤਿਆਂ ਦੇ ਨਵੇਂ ਜੁੱਤੇ ਪਾ ਲੈਂਦੇ ਨੇ, ਸੋਲ ਦੇ ਵਿੱਚ ਹੁੰਦੀ ਹੈਗੀ ਹੈ। ਜਿਹੜੀ ਸ਼ਰਟਸ ਹੈਗੇ ਨੇ, ਸ਼ਰਟ ਦੇ ਕੋਲਰ ਜਿਹੜੇ ਹੁੰਦੇ ਹੈਗੇ ਨੇ, ਉਹਨਾਂ ਨੂੰ ਨਵੇਂ ਚੇਂਜ ਕਰ ਦਿੰਦੇ ਹੈਗੇ ਨੇ। ਉੱਥੇ ਪੁਲਿਸ ਦਾ ਮਿਕਸਅਪ ਵੀ ਹੁੰਦਾ ਹੈਗਾ, ਉਹਨਾਂ ਦੀ ਸ਼ਹਿਦ ਨਾਲ ਹੀ ਹੁੰਦਾ ਹੈਗਾ ਸ਼ਰਟ ਦਾ ਜਿਹੜਾ ਹੋ ਗਿਆ,
ਪੈਂਟ ਪਾਈ ਹੋਈ ਹੈ, ਪੈਂਟ ਦਾ ਜਿਹੜਾ ਥੱਲੇ ਬਣਿਆ ਹੁੰਦਾ ਹੈਗਾ, ਮੁੜੀ ਹੋਈ ਹੁੰਦੀ ਹੈਗੀ ਪੈਂਟ, ਉਹਦੇ ਵਿਚਕਾਰ ਫਸੀ ਹੋਈ ਹੈਗੀ ਹੈ। ਹੋਰ ਅਤੇ ਹੋਰ ਯੂ ਵਿਲ ਬੀ ਸ਼ੌਕਡ ਕਿ ਬਾਡੀ ਕੈਵਿਟੀਜ਼ ਨੂੰ ਵੀ ਇਸਤੇਮਾਲ ਕਰਦੇ ਹੈਗੇ ਨੇ ਉਹ ਨਸ਼ੇ ਨੂੰ ਅੰਦਰ ਲਿਜਾਣ ਲਈ। ਇਹਦੇ ਇਲਾਵਾ ਪ੍ਰਮੋਟ ਕਿਸ ਤਰ੍ਹਾਂ ਹੁੰਦਾ ਹੈਗਾ, ਸਾਡੇ ਜੇਲ੍ਹ ਦੇ ਵਿੱਚ ਜਿਹੜੇ ਸਾਡੇ ਕੁਛ ਸਟਾਫ ਹੈਗਾ ਹੈ ਜਿਹੜੇ ਬਲੈਕ ਸ਼ੀਪ ਹੈਗੇ ਨੇ, ਉਹ ਖੁੱਲ੍ਹੀ ਸਮਗਲਿੰਗ ਕਰਾਉਂਦੇ ਹੈਗੇ ਨੇ ਨਸ਼ਿਆਂ ਦੀ। ਨਸ਼ਿਆਂ ਦਾ ਪ੍ਰਮੋਸ਼ਨ ਹੁੰਦਾ ਹੈਗਾ, ਜਿਹੜੇ ਡਰੱਗ ਸਮਗਲਰਸ ਹੈਗੇ ਨੇ ਆਪਣੇ ਬੰਦਿਆਂ ਨੂੰ 157 ਦੇ ਵਿੱਚ 3-4 ਦਿਨ ਅੰਦਰ ਭੇਜ ਦਿੰਦੇ ਹੈਗੇ ਨੇ ਡਰੱਗ ਦੀ ਪੂਰੀ ਸਪਲਾਈ ਲੈ ਕਰਕੇ। ਬੜੇ ਤੁਸੀਂ ਅੱਖਾਂ ਖੋਲ੍ਹਣ ਵਾਲੀਆਂ ਗੱਲਾਂ ਕੀਤੀਆਂ ਨੇ। ਇਹ ਗੱਲਾਂ ਤੁਸੀਂ ਸਪਸ਼ਟ ਕਰ ਦਿੱਤੀਆਂ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਜੇਲ੍ਹ ਦਾ ਸਟਾਫ ਅਤੇ ਜੇਲ੍ਹ ਦੇ ਜਿਹੜੇ ਕਰਮਚਾਰੀ ਨੇ ਉਹ ਸਿੱਧੀ ਤਰ੍ਹਾਂ ਇਸ ਤੰਤਰ ਦੇ ਵਿੱਚ ਸ਼ਾਮਲ ਨੇ। ਜੀ ਹਾਂ। ਕਦੇ ਤੁਹਾਨੂੰ ਧਮਕੀ ਨਹੀਂ ਮਿਲੀ ਹੈਗੀ ਕਿ ਤੁਸੀਂ ਰਿਪੋਰਟ ਦੇ ਵਿੱਚ ਸਾਡੇ ਨਾਮ ਲਿਖੇ ਨੇ ਜਾਂ ਤੁਸੀਂ ਇਹ ਜਿਹੜੀ ਆਵਾਜ਼ ਉਠਾ ਰਹੇ ਹੋ ਇਹਦੇ ਨਾਲ ਉਹਨਾਂ ਦੀ ਜਿਹੜੀ ਇਨਕਮ ਹੈ ਬੰਦ ਹੋ ਰਹੀ ਹੈ ਅਤੇ ਉਹ ਤੁਹਾਨੂੰ ਕੋਈ ਜਾਨੋ ਨੁਕਸਾਨ ਪਹੁੰਚਾ ਸਕਦੇ ਨੇ? ਧਮਕੀਆਂ ਜਦੋਂ ਮੈਂ ਸਰਵਿਸ ਵਿੱਚ ਸੀ ਉਸ ਵੇਲੇ ਤੋਂ ਸ਼ੁਰੂ ਹੋ ਗਈਆਂ, ਹੁਣ ਵੀ ਚੱਲਦੀਆਂ ਨੇ। ਜਦੋਂ ਸਰਵਿਸ ਦੇ ਵਿੱਚ ਸੀ ਉਸ ਵੇਲੇ ਵੀ ਅੱਗੇ ਪਿੱਛੇ ਰਹਿ ਰਿਹਾ ਕਿ ਕਈ ਵਾਰੀ ਮੇਰੀ ਸਿਕਿਉਰਿਟੀ ਪੂਰੀ ਵਿਦਡਰਾਅ ਹੋ ਜਾਂਦੀ ਸੀ, ਮੇਰੇ ਕੋਲ ਸਿਕਿਉਰਿਟੀ ਨਹੀਂ ਸੀ, ਅੱਜ ਵੀ ਨਹੀਂ ਹੈਗੀ ਹੈ। ਪਰ ਮੈਨੂੰ ਇਹਦੀ ਕੋਈ ਚਿੰਤਾ ਨਹੀਂ ਹੈਗੀ, ਮੈਂ ਜਾ ਕੇ ਕਿਸੇ ਦੇ ਮੂਹਰੇ ਜਾ ਕੇ ਹੱਥ ਨਹੀਂ ਜੋੜਨੇ ਹੈਗੇ ਨੇ, ਸਾਰੀ ਜ਼ਿੰਦਗੀ ਮੈਂ ਹੱਥ ਨਹੀਂ ਜੋੜੇ, ਨਾ ਮੈਂ ਹੁਣ ਜੋੜਾਂਗਾ। ਜਿਹੜਾ ਹੋਏਗਾ ਵੇਖਿਆ ਜਾਏਗਾ, ਧਮਕੀਆਂ ਆਉਂਦੀਆਂ ਨੇ ਆਉਂਦੀਆਂ ਰਹਿਣ। ਜੇ ਮੈਂ ਇਸ ਪਾਸੇ ਚੱਲਿਆ ਹੈਗਾ ਤਾਂ ਇਹ ਮੁਹਿੰਮ ਬੰਦ ਹੋਏਗਾ ਸਿਰਫ ਦੋ ਤਰੀਕਿਆਂ ਨਾਲ, ਜਾਂ ਤਾਂ ਮੈਨੂੰ ਕੋਈ ਗੋਲੀ ਮਾਰ ਜਾਏਗਾ ਉਹਦੇ ਨਾਲ ਹੀ ਮੁਹਿੰਮ ਖਤਮ ਹੋਏਗਾ ਮੇਰਾ ਜਿਹੜਾ ਹੈਗਾ, ਜਾਂ ਫਿਰ ਮੇਰੇ ਉੱਤੇ ਕੋਈ ਨਾ ਕੋਈ ਕੇਸ, ਚਾਹੇ ਸਫੇਦ ਪਾਊਡਰ ਜਿਹੜਾ ਕਿ ਹੁੰਦਾ ਹੀ ਨਹੀਂ ਹੈਗਾ ਬਾਜ਼ਾਰ ਦੇ ਵਿੱਚ, ਜਾਂ ਕਿਸੇ ਹੋਰ ਕੇਸ ਦੇ ਵਿੱਚ ਇਨਵੋਲਵ ਕਰਕੇ ਮੈਨੂੰ ਜੇਲ੍ਹ 'ਚ ਨਾ ਪਾ ਦੇਣ। ਇਹ ਦੋ ਹੀ ਤਰੀਕੇ ਹੈਗੇ ਨੇ ਜਿਹਦੇ 'ਚ ਮੁਹਿੰਮ ਜਿਹੜਾ ਹੈਗਾ ਇਫੈਕਟ ਹੋਏਗਾ, ਵਰਨਾ ਜਦੋਂ ਤੱਕ ਮੈਂ ਜਿਉਂਦਾ ਹੈਗਾ ਬਾਹਰ ਹੈਗਾ ਜਦੋਂ ਤੱਕ ਮੈਨੂੰ ਗੋਲੀ ਨਹੀਂ ਵੱਜਦੀ, ਆ ਜਦੋਂ ਤੱਕ ਮੈਨੂੰ ਕਿਸੇ ਨਾ ਕਿਸੇ ਬਹਾਨੇ ਫੜ ਕੇ ਅੰਦਰ ਨਹੀਂ ਪਾ ਦਿੰਦੇ ਹੈਗੇ ਨੇ, ਇਹ ਮੁਹਿੰਮ ਚੱਲਦਾ ਰਹੂਗਾ। ਸਲਾਮ ਹੈ ਸ਼ਸ਼ੀ ਕਾਂਤ ਜੀ ਤੁਹਾਨੂੰ, ਤੁਸੀਂ ਬਹੁਤ ਵੱਡਾ ਜਿਹੜਾ ਹੈ ਇੱਕ ਤਹੱਈਆ ਕਰਕੇ ਨਿਸ਼ਚਾ ਕਰਕੇ ਚੱਲੇ ਹੋ ਪੰਜਾਬ ਦੇ ਵਿੱਚੋਂ ਇਹ ਬੁਰਾਈ ਨੂੰ ਖਤਮ ਕਰਨ ਲਈ। ਕੋਈ ਆਸ ਦਿਖਾਈ ਦਿੰਦੀ ਹੈ ਤੁਹਾਨੂੰ? ਅਵੇਅਰਨੈਸ ਕ੍ਰੀਏਟ ਹੋਣੀ ਸ਼ੁਰੂ ਹੋ ਗਈ ਹੈਗੀ ਹੈ, ਸ਼ਾਇਦ ਥੋੜ੍ਹੀ ਸਰਕਾਰ ਵੀ ਜਗ ਗਈ ਹੈਗੀ ਹੈ, ਪੁਲਿਸ ਵੀ ਕਾਫੀ ਕੁਛ ਕਰ ਰਹੀ ਹੈਗੀ ਹੈ, ਪੈਡਲਰਸ ਫੜੇ ਜਾ ਰਹੇ ਹਨ ਕਿ ਵੱਡਾ ਬੰਦਾ ਤਾਂ ਨਹੀਂ ਫੜਿਆ ਗਿਆ ਅਜੇ ਤੱਕ, ਔਰ ਸ਼ਾਇਦ ਜੇ ਪੁਲਿਸ ਜਗੀ ਹੈਗੀ ਹੈ ਮੈਨੂੰ ਜਾਪਦਾ ਹੈਗਾ ਕਿ ਇਸ ਕਾਰਨ ਨਹੀਂ ਕਿ ਲੋਕ ਜਗਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ, ਬਾਹਰੋਂ ਪ੍ਰੈਸ਼ਰ ਪੈ ਰਿਹਾ ਹੈਗਾ, ਉਹ ਜਗ੍ਹਾ ਹੈਗੇ ਸਿਰਫ ਇਸ ਕਰਕੇ ਜਿਹੜਾ ਮੈਂ ਹਾਈਕੋਰਟ ਦੇ ਵਿੱਚ PIL ਪਾਈ ਸੀ ਕਿ ਉਹਨਾਂ ਨੂੰ ਲਗਾਤਾਰ ਹੁਣ ਹਾਈਕੋਰਟ ਜਵਾਬ ਦੇਣਾ ਪੈਂਦਾ ਹੈਗਾ ਕਿੰਨੀ ਸਫਲਤਾ ਪ੍ਰਾਪਤ ਹੋਈ ਕਿੰਨੀ ਸਫਲਤਾ ਪ੍ਰਾਪਤ ਨਹੀਂ ਹੋਈ ਹੈਗੀ ਹੈ। ਅਸੀਂ ਕੋਸ਼ਿਸ਼ ਕੀਤੀ ਸੀ, ਹਾਈਕੋਰਟ ਸਕਸੀਡ ਵੀ ਹੋਏ ਹੈਗੇ, ਗਵਰਨਮੈਂਟ ਆਫ ਇੰਡੀਆ ਨੂੰ ਵੀ ਅਸੀਂ ਇਹਦੇ ਪਾਰਟੀ ਬਣਾ ਲਿੱਤਾ ਹੈਗਾ, ਗਵਰਨਮੈਂਟ ਆਫ ਇੰਡੀਆ ਦੀ ਏਜੰਸੀਜ਼ ਵੀ ਹੈਗੀਆਂ ਨੇ ਜਿਹੜੀ ਇਨਵੋਲਵ ਹੈਗੀਆਂ ਨੇ, ਚਾਹੇ ਉਹ ਨਾਰਕੋਟਿਕਸ ਕੰਟਰੋਲ ਬਿਊਰੋ ਹੋਏ, ਚਾਹੇ BSF ਹੋਏ, ਚਾਹੇ ਕਸਟਮਸ ਹੋਏ, ਚਾਹੇ ਕੁਛ ਵੀ ਹੋਏ, ਉਹਨਾਂ ਨੂੰ ਵੀ ਪਾਰਟੀ ਬਣਾ ਲਿੱਤਾ ਹੈਗਾ। ਹਾਈਕੋਰਟ ਲਗਾਤਾਰ ਉਹਨਾਂ ਨੂੰ ਪੁੱਛਦਾ ਹੈਗਾ ਗਵਰਨਮੈਂਟ ਆਫ ਇੰਡੀਆ ਨੇ ਇਸ ਬਾਰੇ ਕੀ ਕੀਤਾ ਹੈਗਾ, ਗਵਰਨਮੈਂਟ ਆਫ ਪੰਜਾਬ ਨੇ ਕੀ ਕੀਤਾ ਹੈਗਾ, ਅਤੇ ਮੈਨੂੰ ਜਾਪਦਾ ਹੈਗਾ ਕਿ ਚਾਹੇ ਪਬਲਿਕ ਓਪੀਨੀਅਨ ਦਾ ਅਸਰ ਨਾ ਪਏ ਪਰ ਕੋਰਟ 'ਚ ਜਿਹੜਾ ਚੱਲ ਰਿਹਾ ਉਹਦਾ ਜ਼ਰੂਰ ਅਸਰ ਪਏਗਾ, ਉਹ ਕਦੇ ਨਾ ਕਦੇ ਪੰਜਾਬੀ ਜਗੂਗਾ। ਪੰਜਾਬ ਦੇ ਵਿੱਚ ਕਿਹੜੀਆਂ ਕਿਹੜੀਆਂ ਥਾਵਾਂ 'ਤੇ ਤੁਸੀਂ ਜਾ ਕੇ ਸੈਮੀਨਾਰ ਜਾਂ ਸਾਡੇ ਨੌਜਵਾਨਾਂ ਨਾਲ ਗੱਲ ਕਰ ਚੁੱਕੇ ਹੋ? ਸ਼ਾਇਦ ਮੇਰੇ ਖਿਆਲ 'ਚ ਕੋਈ ਵੀ ਇਸ ਤਰ੍ਹਾਂ ਦਾ ਜ਼ਿਲ੍ਹਾ ਨਹੀਂ ਬਚਿਆ ਹੈਗਾ ਜਿੱਥੇ ਮੈਂ ਨਹੀਂ ਗਿਆ ਹੈਗਾ, ਪਿੰਡਾਂ 'ਚ ਵੀ ਗਏ ਹੈਗੇ ਹਾਂ। ਇਸ 2-4 ਦਿਨ ਪਹਿਲੇ ਅਸੀਂ ਲੁਧਿਆਣਾ ਗੁਰਦੁਆਰਾ ਆਲਮਗੀਰ ਸਾਹਿਬ ਤੋਂ ਲੈ ਕਰਕੇ ਪਿੰਡਾਂ 'ਚ ਹੁੰਦੇ ਹੋਏ ਰਾਏਕੋਟ ਵੀ ਗਏ ਸੀ, ਉੱਥੇ ਤੱਕ ਉਸ ਦਿਨ ਅਸੀਂ ਮੇਰੇ ਖਿਆਲ 'ਚ ਕਰੀਬ 30 ਪਿੰਡ ਕਵਰ ਕੀਤੇ ਸਨ। ਜਿਸ ਪਿੰਡ ਦੇ ਵਿੱਚ ਅਸੀਂ ਗਏ ਉਸ ਪਿੰਡ ਵਾਲਿਆਂ ਨੇ ਸਾਨੂੰ ਆਪਣਾ ਇੱਕ ਰੈਜ਼ੋਲਿਊਸ਼ਨ ਪਾਸ ਕਰਕੇ ਦਿੱਤਾ ਕਿ ਉਸ ਪਿੰਡ ਦੇ ਵਿੱਚੋਂ ਠੇਕੇ ਵੀ ਚੁਕਾਏ ਜਾਣ। ਵੈਰੀ ਗੁੱਡ, ਖੁਸ਼ੀ ਹੁੰਦੀ ਹੈ ਮੈਨੂੰ ਕਹਿੰਦੇ ਹੋਏ ਕਿ ਉਸ ਦੇ ਵਿੱਚ ਸਾਰੀ ਪੋਲੀਟੀਕਲ ਪਾਰਟੀਜ਼ ਵੱਡੀਆਂ ਛੋਟੀਆਂ, ਚਾਹੇ ਕਾਂਗਰਸ ਹੈਗੀ ਹੈ, ਚਾਹੇ ਅਕਾਲੀ ਦਲ ਬਾਦਲ ਹੈਗਾ ਹੈ, ਚਾਹੇ ਦੋਵਾਂ ਦੇ ਯੂਥ ਵਿੰਗ ਹੈਗੇ ਨੇ, ਰਵਿੰਦਰ ਸਿੰਘ ਜੀ ਦਾ ਅਕਾਲੀ ਦਲ 1920, ਪੰਜ ਪ੍ਰਧਾਨੀ ਦੀ ਸਾਰਿਆਂ ਤੋਂ ਜ਼ਿਆਦਾ ਸ਼ਿਰਕਤ ਸੀ ਉਹਦੇ ਵਿੱਚ, ਜਿੰਨੇ ਰੈਲੀਜੀਅਸ ਔਰਗਨਾਈਜੇਸ਼ਨਸ ਹੈਗੇ ਨੇ, ਜਿੰਨੇ ਬਾਕੀ ਦੂਜੇ ਅਦਾਰੇ ਹੈਗੇ ਨੇ, ਹਿਊਮਨ ਰਾਈਟਸ ਔਰਗਨਾਈਜੇਸ਼ਨਸ, ਯੂਥ। ਜਦੋਂ ਸ਼ੁਰੂ ਹੋਇਆ ਉਸ ਵੇਲੇ ਕਰੀਬ 100 ਮੋਟਰਸਾਈਕਲ ਵਾਲੇ ਜਵਾਨ ਆਪਣੇ ਆਪ ਆ ਗਏ ਸਨ, ਜਦੋਂ ਖਤਮ ਹੋਣ ਵਾਲਾ ਸੀ ਉਸ ਵੇਲੇ ਕਰੀਬ 150 ਕੇ ਪੌਣੇ 200 ਸਨ। ਵੈਰੀ ਗੁੱਡ, ਸੋ ਇਟ ਵਾਜ਼ ਰੀਅਲੀ ਅ ਗੁੱਡ ਸ਼ੋਅ ਜਿਹਦੇ 'ਚ ਮੈਨੂੰ ਲੱਗਿਆ ਕਿ, ਔਰ ਹਾਲਾਂਕਿ ਇਹ ਪੀਰੀਅਡ ਲੀਨ ਪੀਰੀਅਡ ਹੈਗਾ ਹੈ, ਇਸ ਕਰਕੇ ਇਸ ਵੇਲੇ ਜਾਂ ਤਾਂ ਝੋਨੇ ਦਾ ਸੀਜ਼ਨ ਹੈਗਾ ਜਾਂ ਕਣਕ ਦੀ ਬਿਜਾਈ ਹੋ ਰਹੀ ਹੈਗੀ ਹੈ, ਫਾਰਮਰ ਜਿਹੜਾ ਹੈਗਾ ਆਪਣੇ ਕੰਮ 'ਚ ਬਿਜ਼ੀ ਹੈਗਾ, ਪਰ ਫਿਰ ਵੀ ਜਿਹੜਾ ਸਾਨੂੰ ਮਿਲਿਆ ਸਪੋਰਟ, ਦੈਟ ਵਾਜ਼ ਰੀਅਲੀ ਗੁੱਡ, ਔਰ ਰੱਬ ਕਰੇ ਕਿ ਪੰਜਾਬੀ ਜਗ ਜਾਏ। ਪੱਤਰਕਾਰ ਭਾਈਚਾਰਾ ਜਿਵੇਂ ਅਸੀਂ ਹੈ, ਕਿੰਨਾ ਕੁ ਤੁਹਾਡਾ ਸਾਥ ਦੇ ਰਿਹਾ? ਕੀ ਤੁਸੀਂ ਜੋ ਕੁਛ ਕਰਦੇ ਹੋ, ਤੁਹਾਡੀ ਐਕਟੀਵਿਟੀਜ਼ ਹੈਗੀਆਂ ਨੇ, ਸੈਮੀਨਾਰ ਨੇ ਜਾਂ ਤੁਹਾਡੇ ਮਾਰਚ ਨੇ, ਜਾਗਰਤੀ ਮਾਰਚ ਨੇ, ਅੱਛੀ ਰਿਪੋਰਟ ਹੋ ਰਹੀ ਹੈ ਅਖਬਾਰਾਂ ਦੇ ਵਿੱਚ, ਮੀਡੀਆ ਦੇ ਵਿੱਚ? ਕੁਛ ਵਰਨਾਕੁਲਰ ਨਿਊਜ਼ ਪੇਪਰਸ ਹੈਗੇ ਨੇ ਪੰਜਾਬੀ ਦੇ,
ਉਹਨਾਂ ਦੇ ਵੱਲੋਂ ਥੋੜ੍ਹੀ ਬਹੁਤ ਰਿਪੋਰਟਿੰਗ ਜ਼ਰੂਰ ਹੋ ਜਾਂਦੀ ਹੈਗੀ ਹੈ, ਬਟ ਅਦਰਵਾਈਜ਼ ਜਿਹੜਾ ਤੁਸੀਂ ਕਿਹਾ ਸੀ ਕਿ ਪੰਜਾਬੀ ਜਿਹੜਾ ਆਪਣਾ ਪੱਤਰਕਾਰ ਭਾਈਚਾਰਾ ਜਿਹੜਾ ਹੈਗਾ, ਜੇ ਤੁਸੀਂ ਭਾਈਚਾਰਾ ਕਹੋ, ਮੈਨੂੰ ਜਾਪਦਾ ਹੈਗਾ ਕਿ ਉਹ ਭਾਈਚਾਰਾ ਘੱਟ ਹੈਗਾ, ਦੁਸ਼ਮਣੀ ਚਾਰਾ ਜ਼ਿਆਦਾ ਹੈਗਾ, ਉਹਨਾਂ ਦਾ ਤਾਂ ਰੱਬ ਮਾਲਿਕ ਹੈਗਾ, ਉਹਨਾਂ ਦੇ ਪਤਾ ਨਹੀਂ ਕੀ ਟੀਚਾ ਹੈਗਾ, ਕੀ ਵੇਖ ਰਹੇ ਨੇ ਕੀ ਨਹੀਂ ਵੇਖ ਰਹੇ ਹੈਗੇ ਨੇ, ਉਹ ਵੀ ਅਨਫੋਰਚੁਨੇਟਲੀ ਕੋਈ ਸਪੋਰਟ ਖਾਸ ਕਰਕੇ ਉਹਦੇ 'ਤੇ ਨਹੀਂ ਮਿਲਦਾ ਹੈ। ਤੁਹਾਡੇ ਕਹਿਣ ਦਾ ਭਾਵ ਹੈ ਕਿ ਆਮ ਲੋਕਾਂ ਦੇ ਜਾਗਣ ਦੇ ਨਾਲ ਨਾਲ ਪੱਤਰਕਾਰ ਨੂੰ ਵੀ ਜਾਗਣਾ ਚਾਹੀਦਾ ਹੈ? ਪੱਤਰਕਾਰ ਨੂੰ ਜ਼ਰੂਰ ਜਾਗਣਾ ਚਾਹੀਦਾ ਹੈ, ਕਿਉਂਕਿ ਸਾਰਿਆਂ ਦਾ ਜ਼ਿਆਦਾ ਜ਼ਿੰਮਾ ਤਾਂ ਉਹਨਾਂ ਦਾ ਹੈਗਾ, ਸਮਾਜ ਦੇ ਲਈ ਉਹਨਾਂ ਦੀ ਜਿਹੜੀ ਜ਼ਿੰਮੇਦਾਰੀ ਹੈਗੀ ਹੈ ਉਹਨੂੰ ਨਿਭਾਉਣਾ ਚਾਹੀਦਾ ਹੈਗਾ, ਨਾ ਕਿ ਇਹ ਕਿ ਸਿਰਫ ਕਿ ਜਿਹੜੇ ਵੀ ਜਿਨ੍ਹਾਂ ਦੇ ਲਈ ਉਹ ਪੱਤਰਕਾਰਿਤਾ ਕਰਦੇ ਹੈਗੇ ਨੇ ਉਹਨਾਂ ਦੇ ਕੋਲੋਂ ਪੈਸਾ ਲੈ ਲੈਣ, ਗੱਡੀ ਲੈ ਲੈਣ, ਜਾਂ ਜਿਸ ਤਰ੍ਹਾਂ ਸਾਡੇ ਕਿਸੇ ਜ਼ਮਾਨੇ 'ਚ ਇੱਕ ਹੁੰਦੇ ਸਨ ਮੀਡੀਆ ਐਡਵਾਈਜ਼ਰ ਸਾਹਿਬ, ਉਹਨਾਂ ਲਈ ਫੇਮਸ ਸੀ ਕਿ 3 W's ਕੁਛ ਵੀ ਲੈ ਲਿਓ, ਇਹ ਵੀ ਉਸ ਪਾਸੇ ਅਨਫੋਰਚੁਨੇਟਲੀ ਤੁਰ ਪਏ ਹੈਗੇ ਨੇ, ਮਾੜੀ ਗੱਲ ਹੈਗੀ। ਬੜਾ ਤੁਸੀਂ ਵਧੀਆ ਗੱਲ ਕੀਤੀ ਹੈ, ਸਾਰੇ ਸਮਝ ਹੀ ਗਏ ਹੋਣਗੇ ਜਿਹੜਾ ਇਹਨਾਂ ਨੇ ਸੰਕੇਤ ਕੀਤਾ ਜਿੱਧਰ। ਅੱਛਾ, ਇੰਨੀ ਜ਼ਿਆਦਾ ਪ੍ਰਸਿੱਧੀ ਮਿਲ ਗਈ ਹੈ, ਕਾਫੀ ਤੁਸੀਂ ਇੱਕ ਨਾਮ ਬਣ ਚੁੱਕੇ ਹੋ, ਖਾਸ ਕਰਕੇ ਜਿਹੜੇ ਬਾਹਰਲੇ ਸਾਡੇ ਪੰਜਾਬੀ ਪ੍ਰਵਾਸੀ ਭਰਾ ਨੇ ਉਹ ਕਾਫੀ ਤੁਹਾਡੇ ਨਾਮ ਨੂੰ ਜਾਣਦੇ ਨੇ ਹੁਣ ਕਿ ਤੁਸੀਂ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਹੋ। ਇਸ ਮੁਕਾਮ 'ਤੇ ਪਹੁੰਚਣ ਨਾਲ ਇੱਕ ਪ੍ਰਸਿੱਧੀ, ਖਾਸ ਪ੍ਰਸਿੱਧੀ ਮਿਲ ਜਾਂਦੀ ਹੈ, ਹਾਸਲ ਹੋ ਜਾਂਦੀ ਹੈ ਵਿਅਕਤੀ ਨੂੰ। ਆਉਣ ਵਾਲੇ ਸਮੇਂ ਦੇ ਵਿੱਚ ਕੁਛ ਸਿਆਸਤ ਦੇ ਨਾਲ ਨਾਲ ਚੱਲਣਾ ਚਾਹੋਗੇ ਜਾਂ ਸਿਆਸਤ ਦੇ ਖਿਲਾਫ ਹੀ ਰਹੋਗੇ? ਮੈਨੂੰ ਨਹੀਂ ਜਾਪਦਾ ਮੈਨੂੰ ਕੋਈ ਪ੍ਰਸਿੱਧੀ ਮਿਲੀ ਹੈਗੀ ਹੈ, ਨਾ ਮੈਨੂੰ ਚਾਹੀਦੀ ਹੈਗੀ ਹੈ। ਮੈਂ ਇੱਕ ਆਮ ਬੰਦਾ ਜਿਹੜਾ ਹੈਗਾ, ਜਿਹੜਾ ਕਿ ਹੁਣ ਮੈਂ ਇੱਕ ਸਿਵਿਲੀਅਨ ਹੈਗਾ, ਸਿਵਿਲੀਅਨ ਦੇ ਤਰੀਕੇ ਜਿੰਨਾ ਮੈਂ ਕੰਮ ਕਰ ਸਕਦਾ ਕਰਾਂਗਾ, ਮੈਨੂੰ ਕੋਈ ਪ੍ਰਸਿੱਧੀ ਨਹੀਂ ਚਾਹੀਦੀ, ਮੈਨੂੰ ਕੋਈ ਨੇਮ ਨਹੀਂ ਚਾਹੀਦਾ, ਮੈਨੂੰ ਕੁਛ ਨਹੀਂ ਚਾਹੀਦਾ ਹੈਗਾ। ਅਤੇ ਜਿੱਥੇ ਤੱਕ ਪੋਲੀਟੀਸ਼ੀਅਨਸ ਦੀ ਗੱਲ ਹੈਗੀ ਹੈ, ਪੋਲੀਟਿਕਸ ਦੀ ਗੱਲ ਹੈਗੀ ਹੈ, ਨਾ ਮੇਰੀ ਕਦੇ ਪੋਲੀਟੀਸ਼ੀਅਨਸ ਨਾਲ ਬਣੀ ਹੈਗੀ ਹੈ, ਕਿਉਂਕਿ ਇਹਨਾਂ ਨੂੰ ਜਿੰਨਾ ਕਰੀਬ ਤੋਂ ਮੈਂ ਵੇਖਿਆ ਹੈਗਾ, ਇਹਨਾਂ ਦਾ, ਸੋਰੀ ਮੈਂ ਇੱਕ ਗੰਦਾ ਸ਼ਬਦ ਇਸਤੇਮਾਲ ਕਰ ਰਿਹਾ, ਇਹਨਾਂ ਦਾ ਜਿਹੜਾ ਨੰਗਾ ਨਾਚ ਹੁੰਦਾ ਹੈਗਾ, ਨੌਟੰਕੀ ਜਿਹੜੀ ਹੁੰਦੀ ਹੈਗੀ, ਇਹਨਾਂ ਦੀ ਨੌਟੰਕੀ ਬਾਰੇ ਜਿੰਨਾ ਮੈਂ ਜਾਣਦਾ ਹੈਗਾ ਕੋਈ ਨਹੀਂ ਜਾਣਦਾ, ਨਾ ਮੈਂ ਪੋਲੀਟਿਕਸ ਜਾਣਦਾ, ਕੋਈ ਮੇਰਾ ਵਿਚਾਰ ਨਹੀਂ ਹੈਗਾ, ਨਾ ਮੇਰੇ ਕੋਲ ਪੈਸਾ ਹੈਗਾ, ਕਿਉਂਕਿ ਪੋਲੀਟਿਕਸ ਵਿੱਚ ਜਾਓਗੇ ਪਹਿਲੇ ਤਾਂ ਉਹਨੂੰ ਪੈਸਾ ਲੈਣਾ ਪਏਗਾ, ਪੈਸਾ ਲੈਣਾ ਪਏਗਾ, ਜਾਂ ਤਾਂ ਗਲਤ ਕੰਮ ਕਰੋ, ਲੋਕਾਂ ਦੀ ਜਿਹੜੀ ਹੈਗੀ ਹੈ ਦਲਾਲੀ ਕਰੋ, ਜਾਂ ਫਿਰ ਡਰੱਗ ਸਮਗਲਰਸ ਨਾਲ ਮਿਲ ਜਾਓ, ਉਹਨਾਂ ਦੇ ਕੋਲੋਂ ਪੈਸਾ ਲਿਓ, ਤਾਂ ਨਾ ਮੇਰੇ ਕੋਲ ਪੈਸਾ ਹੈ, ਨਾ ਮੇਰੇ ਪੋਲੀਟਿਕਸ 'ਚ ਜਾਣਾ ਹੈਗਾ, ਨਾ ਮੇਰਾ ਪੋਲੀਟਿਕਸ 'ਚ ਕੋਈ ਇੰਟਰਸਟ ਹੈਗਾ, ਨਾ ਮੇਰੀ ਪੋਲੀਟੀਸ਼ੀਅਨਸ ਨਾਲ ਕਦੇ ਬਣੀ ਹੈਗੀ ਹੈ, ਨਾ ਕਦੇ ਬਣੂਗੀ। ਕੁਛ ਤੁਸੀਂ ਜ਼ਿਕਰ ਕੀਤਾ ਸੀ ਰਿਪੋਰਟ ਦੇ ਵਿੱਚ ਸਿਆਸਤਦਾਨਾਂ ਦਾ, ਸਾਡੇ ਦਰਸ਼ਕਾਂ ਲਈ ਕੁਛ ਦੱਸੋਗੇ? ਹਾਂ, ਮੈਂ ਕਿਹਾ ਸੀ ਕਿ ਇਹ ਸਾਰਾ ਜਿਹੜਾ ਪੋਲੀਟਿਕਸ ਹੈਗੀ ਹੈ, ਸਾਰਾ ਇੱਕ ਫਰੈਂਡਲੀ ਮੈਚ ਹੁੰਦਾ ਹੈਗਾ, ਇੱਕ ਵੱਡੀ ਜਿਹੀ ਨੌਟੰਕੀ ਹੁੰਦੀ ਹੈ, ਡਰਾਮਾ ਹੁੰਦਾ ਹੈਗਾ, ਜਦੋਂ ਸਟੇਜ 'ਤੇ ਸਾਰੇ ਕੈਰੈਕਟਰਸ ਆਉਂਦੇ ਨੇ, ਇੱਕ ਦੂਜੇ ਨੂੰ ਗਾਲਾਂ ਕੱਢਦੇ ਹੈਗੇ ਨੇ, ਕੁੱਟਦੇ ਹੈਗੇ ਨੇ, ਪਿੱਟਦੇ ਹੈਗੇ ਨੇ, ਬਟ ਇਟਸ ਆਲ ਗੋਡ ਐਮ ਐਕਟਿੰਗ। ਸ਼ਾਮੀ ਇਹੀ ਬੰਦੇ ਜਾ ਕੇ ਮਿਲਦੇ ਹੈਗੇ ਨੇ, ਕੋਈ ਪੋਲੀਟਿਕਸ ਵਿੱਚ ਓਨੈਸਟੀ ਦੀ ਗੱਲ ਨਹੀਂ ਰਹਿ ਗਈ ਹੈਗੀ ਅੱਜ ਦੀ ਤਰੀਕ 'ਚ, ਸਿਰਫ ਇੰਨੀ ਹੈਗੀ ਹੈ ਕੌਣ ਕਿੰਨਾ ਪੈਸਾ ਕਮਾ ਸਕਦਾ ਹੈਗਾ, ਕੌਣ ਕਿੰਨਾ ਚਿਰ ਕੁਰਸੀ 'ਤੇ ਬਹਿ ਸਕਦਾ, ਅਤੇ ਕੁਰਸੀ 'ਤੇ ਬਹਿਣ ਦਾ ਮਕਸਦ ਵੀ ਹੈਗਾ ਕਿ ਕੋਈ ਜਿਹੜਾ ਕੁਰਸੀ 'ਤੇ ਬੈਠਾ ਹੈਗਾ, ਕੁਰਸੀ 'ਤੇ ਬਹਿ ਕੇ ਕੋਈ ਕਿੰਨਾ ਪੈਸਾ ਕਮਾ ਸਕਦਾ ਹੈਗਾ। ਸੋ ਸ਼ਸ਼ੀ ਕਾਂਤ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸਾਰੇ ਜਿਹੜੇ ਦਰਸ਼ਕ ਨੇ ਸਾਡੇ ਜਾਂ ਸਾਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਉਹ ਨਿਰਸੰਦੇਹ ਤੁਹਾਡੇ ਨਾਲ ਜਿਹੜੀ ਅੱਜ ਗੱਲਬਾਤ ਹੋਈ ਹੈ ਉਸ ਤੋਂ ਫਾਇਦਾ ਉਠਾਉਣਗੇ। ਬਹੁਤ ਬਹੁਤ ਧੰਨਵਾਦ। ਥੈਂਕਸ ਅ ਲੋਟ, ਬਹੁਤ ਬਹੁਤ ਧੰਨਵਾਦ ਤੁਹਾਡਾ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਇਸ ਦੇ ਨਾਲ ਹੀ ਸਾਡਾ ਅੱਜ ਦਾ ਟਾਕਿੰਗ ਪੰਜਾਬ ਵਿਦ ਸੁਰਿੰਦਰ ਸਿੰਘ ਸ਼ੋਅ ਖਤਮ ਹੁੰਦਾ ਹੈ। ਕੱਲ੍ਹ ਫੇਰ ਮਿਲਾਂਗੇ ਇੱਕ ਹੋਰ ਸ਼ਖਸੀਅਤ ਦੇ ਨਾਲ, ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ, ਧੰਨਵਾਦ।